ਮੋਗਾ ਦੇ ਪਿੰਡ ਚੂੜਚੱਕਰ ਚ ਪਿਛਲੇ ਲੰਬੇ ਸਮੇਂ ਤੋਂ ਕਰਜ਼ੇ ਦੇ ਬੋਝ ਤੇ ਚੱਲਦਿਆਂ ਕਿਸਾਨ ਅਵਤਾਰ ਸਿੰਘ ਦੁਆਰਾ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮਾਮਲਾ ਇਹ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਅਵਤਾਰ ਸਿੰਘ ਹੈ ਕੋਈ ਜ਼ਹਿਰੀਲੀ ਦਵਾਈ ਪੀਣ ਕਰਕੇ ਉਹਦੀ ਮੌਤ ਹੋ ਗਈ ਹੈ। ਜਾ ਕੇ ਪਤਾ ਕੀਤਾ, ਉਹਦੇ ਮੈਸੇਜ ਮਿਲੇ, ਇਸ ਨੇ ਬਿਆਨ ਲਿਖਾਇਆ ਵੀ ਇਹਦੇ ਸਿਰ ਜਿਹੜਾ ਕਰਜ਼ਾ ਸੀਗਾ ਘਰੋਂ ਖੇਤ ਗਿਆ ਸੀਗਾ, ਉੱਥੇ ਜਾ ਕੇ ਪੱਠੇ ਵੱਢਣ ਗਿਆ ਸੀਗਾ, ਉੱਥੇ ਜਾ ਕੇ ਇਹਨੇ ਜ਼ਹਿਰੀਲੀ ਦਵਾਈ ਪੀਣੀ, ਹਸਪਤਾਲ ਜਾ ਕੇ ਉਹਦੀ ਮੌਤ ਹੋ ਗਈ। ਮ੍ਰਿਤਕ ਦੇ ਬੇਟੇ ਨੇ ਮੀਡੀਆ ਦੇ ਸਾਹਮਣੇ ਆਪਣਾ ਦਰਦ ਬਿਆਨ ਕਰਦੇ ਹੋਏ ਪੰਜਾਬ ਸਰਕਾਰ ਨੂੰ ਆਰਥਿਕ ਮਦਦ ਦੀ ਗੁਹਾਰ ਵੀ ਲਾਈ। ਸੀ ਮੇਰੇ ਡੈਡੀ ਦਾ ਨਾਮ ਅਵਤਾਰ ਸਿੰਘ ਆ। ਕਾਫੀ ਟਾਈਮ ਤੋਂ ਪਰੇਸ਼ਾਨ ਰਹਿੰਦੇ ਸੀਗੇ, ਸਿਰ ਤੇ ਕਰਜ਼ਾ ਸੀਗਾ, ਬੈਂਕ ਦਾ 1.5 ਲੱਖ ਰੁਪਈਆ ਸੀਗਾ, ਬਾਕੀ ਪਿੰਡ ਚ ਲਏ ਹੋਏ ਸੀਗੇ ਪੈਸੇ, ਕੁੱਲ ਮਿਲਾਏ 3 ਲੱਖ ਰੁਪਈਆ ਕਰਜ਼ਾ ਸੀਗਾ ਤੇ ਟੈਨਸ਼ਨ ਜੀ ਰਹਿੰਦੇ ਸੀਗੇ। ਖੇਤ ਗਏ ਸੀਗੇ, ਖੇਤ ਆ ਕੇ ਜ਼ਹਿਰੀਲੀ ਦਵਾਈ ਪੀਣ ਦੇ ਨਾਲ ਕੁਆਲੀਫਾਈ ਕਰ ਲਈ ਉਹਨਾਂ ਨੇ ਕਰਜ਼ਾ ਕਰਕੇ, ਟੈਨਸ਼ਨ ਚ ਬਹੁਤ ਰਹਿੰਦੇ ਸੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬੇਸ਼ੱਕ ਕਿਸਾਨਾਂ ਦੇ ਕਰਜ਼ਿਆਂ ਨੂੰ ਮਾਫ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਵੀ ਕਰਜ਼ੇ ਦੇ ਬੋਝ ਦੇ ਚੱਲਦਿਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਮੋਗਾ ਤੋਂ ਵਿਪਨ ਓਕਾਰਾ ਦੀ ਰਿਪੋਰਟ।